ਬਰਸਾਤ 'ਚ ਨੰਗੇ ਪੈਰੀ ਡਿਊਟੀ 'ਤੇ ਡਟੀ ਟ੍ਰੈਫਿਕ ਪੁਲਿਸ। ਆ ਦੇਖੋ ਕਿਵੇਂ ਸੜਕ ਵਿਚਾਲੇ ਕਰ ਰਹੇ ਟ੍ਰੈਫਿਕ ਕੰਟਰੋਲ। ਤਾਂ ਪੁਲਿਸ ਦੀਆਂ ਬਦਨਾਮੀ ਵਾਲੀਆਂ ਵੀਡੀਓਜ਼ ਤਾਂ ਤੁਸੀਂ ਅਕਸਰ ਹੀ ਵੇਖਦੇ ਹੋ, ਜਦੋਂ ਕਈ ਅਫਸਰ ਆਪਣੀ ਵਰਦੀ ਨੂੰ ਦਾਗ ਲਗਾਉਂਦੇ ਹੋਏ ਨਜ਼ਰ ਆਉਂਦੇ ਨੇ। ਪਰ ਪੁਲਿਸ ਦੀ ਅਜਿਹੀ ਤਸਵੀਰ ਸ਼ਾਇਦ ਤੁਸੀਂ ਪਹਿਲਾਂ ਕਦੇ ਨਹੀਂ ਵੇਖੀ ਹੋਣੀ। ਇੱਕ ਪਾਸੇ ਤੇਜ਼ ਮੀਂਹ ਪੈ ਰਿਹਾ ਸੀ ਤੇ ਦੂਜੇ ਪਾਸੇ ਪੁਲਿਸ ਦੇ ਮੁਲਾਜ਼ਮ ਨੰਗੇ ਪੈਰੀ ਸੜਕਾਂ ਤੇ ਉਤਰਦੇ ਨੇ ਤੇ ਲੱਗੇ ਹੋਏ ਜਾਮ ਨੂੰ ਹਟਾਉਣ ਦੀ ਕੋਸ਼ਿਸ਼ ਕਰਦੇ ਨੇ। ਤਾਂ ਤੇਜ਼ ਮੀਂਹ ਵੀ ਇਹਨਾਂ ਨੂੰ ਰੋਕ ਨਹੀਂ ਪਾਇਆ, ਤਾਂ ਇਹ ਨੰਗੇ ਪੈਰੀ ਹੀ ਸੜਕਾਂ ਤੇ ਉਤਰਦੇ ਨੇ ਤੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਂਦੇ ਨੇ। ਤਾਂ ਇਹ ਤਸਵੀਰਾਂ ਦੱਸਦੀਏ ਕਿ ਰਾਜਪੁਰਾ ਤੋਂ ਸਾਹਮਣੇ ਆਈਆਂ ਨੇ, ਜਿੱਥੇ ਭਾਰੀ ਮੀਂਹ ਤੋਂ ਬਾਅਦ ਵੱਡਾ ਜਾਮ ਲੱਗਿਆ ਸੀ ਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਤੋਂ ਬਾਅਦ ਇਹ ਪੁਲਿਸ ਮੁਲਾਜ਼ਮ ਨੰਗੇ ਪੈਰੀ ਸੜਕਾਂ ਤੇ ਉਤਰਦੇ ਨੇ ਤੇ ਜਾਮ ਵੀ ਖੁਲਵਾਉਂਦੇ ਨੇ। ਤਾਂ ਵੇਖ ਸਕਦੇ ਹੋ ਇਹ ਮੌਕੇ ਦੀਆਂ ਤਸਵੀਰਾਂ ਨੇ, ਜਿੱਥੇ ਟ੍ਰੈਫਿਕ ਪੁਲਿਸ ਮੁਲਾਜ਼ਮ ਨੰਗੇ ਪੈਰੀ ਸੜਕਾਂ ਤੇ ਉਤਰੇ ਨੇ। ਇੱਕ ਪਾਸੇ ਤੇਜ਼ ਮੀਂਹ ਪੈ ਰਿਹਾ ਹੈ, ਫਿਰ ਵੀ ਇਹ ਡਿਊਟੀ ਆਪਣੀ ਨਹੀਂ ਰੋਕਦੇ, ਜਾਮ ਨੂੰ ਖੋਲਣ ਦੀ ਕੋਸ਼ਿਸ਼ ਕਰਦੇ ਨੇ। ਤਾਂ ਜਿਵੇਂ ਹੀ ਜਾਮ ਖੁੱਲਦਾ ਹੈ ਤਾਂ ਲੋਕਾਂ ਦੇ ਵੱਲੋਂ ਵੀ ਸੁੱਖ ਦਾ ਸਾਹ ਲਿਆ ਜਾਂਦਾ ਹੈ। ਜਾਮ ਨੀ ਜੇ ਵੀਕਐਂਡ ਕਰਕੇ ਨਾ ਥੋੜਾ ਬਾਰਿਸ਼ ਕਰਕੇ ਥੋੜਾ ਰਸ਼ ਹੋ ਗਿਆ। ਸਾਡੇ ਜਵਾਨ ਤੁਸੀਂ ਦੇਖ ਰਹੇ ਹੋ ਨੰਗੇ ਪੈਰੀ ਸਾਰੇ ਪਾਸੇ ਲੱਗੇ ਹੋਏ ਟ੍ਰੈਫਿਕ ਕੰਟਰੋਲ ਚ ਕਰ ਰਹੇ ਆ। ਅਸੀਂ ਕੁਝ ਦਿਨ ਤੁਹਾਡੇ ਜਵਾਨ ਹੈਗੇ ਹੋ, ਨੰਗੇ ਪੈਰੀ ਵੀ ਆਪਣੀ ਡਿਊਟੀ ਕਰ ਰਹੇ ਹਾਂ, ਕੀ ਕਹਿਣਾ ਚਾਹੁੰਦੇ ਹੋ ਸਰ? ਬਿਲਕੁਲ ਜੀ, ਸਾਡੀ ਡਿਊਟੀ ਬਣਦੀ ਹੈ ਪਬਲਿਕ ਦੀ ਸਹੂਲਤ ਲਈ ਜਾਮ ਹਟਾਉਣਾ। ਸਾਡੇ ਸਾਰੇ ਜਵਾਨ ਬਾਰਿਸ਼ ਪੈਂਦੀ ਦੇ ਵਿੱਚ ਨੰਗੇ ਪੈਰੀ ਖੜ ਕੇ ਡਿਊਟੀ ਕਰ ਰਹੇ ਨੇ। ਅਸੀਂ ਜਾਮ ਬਹੁਤ ਹੱਦ ਤੱਕ ਹਟਾਤਾ, ਕੋਸ਼ਿਸ਼ ਇਹ ਆ ਕਿ ਜਾਮ ਨਹੀਂ ਲੱਗਣ ਦੇਣਾ। ਥੋੜਾ ਬਾਰਿਸ਼ ਕਰਕੇ ਜਾਮ ਲੱਗ ਗਿਆ ਵੀਕਐਂਡ ਹੋਣ ਕਰਕੇ, ਲੇਕਿਨ ਹੁਣ ਕੰਟਰੋਲ ਹੋ ਗਿਆ ਤਕਰੀਬਨ।